बिस्मिल्लाहिर्रहमानिर्रहीम, अस्सलाम वालेकुम। उम्मीद करती हूं मैं पर आपकी फोन के अल्हम्दुलिल्लाह से भी ठीक है। अल्लाह पाक तुम खुश रखे। बाद के आज जब लोग करते शुरू जो दिन सर्दियां शुरू हुई हैं उदो दिन ना पहली जड़ी बारिश आई सी उन्होंने मेरे किचन ना इतना नहीं खराब होया सी। दूसरी बारिश ने तो किचन ही तबाह कर दिया। देखो सारा कुछ खुलया पड़ा, घर ही घर भरी तवे के ऊपर देखो कितना पानी है। जरा बारिश का पानी है ना तो उसे खड़ा हुआ तो निकल नहीं रहा उधर बाहर, क्योंकि ना अगे पहले इतने बहुत कलर आ होर पानी खड़ा रहा ना तो देख बहुत ज्यादा कलर हो जाना। इस वास्ते बारिश हुई सी ना तो वजह तो ना किचन सारा ही गिला वा तो चूल्हा भी गिला वा तो अग नहीं बाल सकते है। इस वास्ते ना मैं दूसरा जो सीमेंट का पहले चूल्हा इस्तेमाल करता सी वही मैं इतने रखिया वा पक्की जगह से हूँ अग बाली इतने नाश्ता अज बना। किचन जरा ना गिला वा तो जो उ नाश्ता बनाया जो इतना नहीं बनाया क्योंकि गिला चूल्हा वा तो अग नहीं बलनी होगी छेती। तो नाले ना असं माल मकाना पुछते हैं क्योंकि असं भी तो किराए थे कड़ा अपना वा तो माल मकाना को पुछेंगे कि असं बरांडे के अग बाल लिया करिए या नहीं। जे अगर कह देंगे तो भी ठीक है, फिर नहीं अगर कहे तो फिर मजबूरी है, फिर इतें ही बालने बनी। कलर हैगा ही तो बारिश हो गया तो होर ज्यादा कलर फैल गया तो जो सीमेंट है टूट टूट के ना तो टोए बन गई ज्यादा।
ਜਦੋਂ ਬਾਰਿਸ਼ ਹੋਈ ਸੀ ਨਾ ਤੇ ਉਸ ਟਾਈਮ ਤੇ ਮੈਂ ਜਲਦੀ ਨਾਲ ਕੱਪੜੇ ਜਿਹੜੇ ਸੀ ਅਸੀਂ ਅੰਦਰ ਆ ਦਿੱਤੇ ਗਿੱਲੇ ਕੱਪੜੇ ਆ ਧੋਤੇ ਹੋਏ ਤੁਹਾਨੂੰ ਪਤਾ ਹੀ ਆ ਤੇ ਹੁਣ ਇੱਥੇ ਸੁੱਕਣੇ ਨਹੀਂ ਹੈਗੇ ਤੇ ਉਹਨਾਂ ਧੁੱਪ ਨਿਕਲੀ ਆ ਬਾਲ ਮੈਂ ਨਾ ਮੰਜੇ ਤੇ ਕੁਛ ਫੋਦਣੀ ਕੁਛ ਤਾਰ ਤੇ ਫੋਦਣੀ ਤਾਂ ਕਿ ਨਾ ਹਵਾ ਲੱਗ ਕੇ ਸੁੱਕ ਜਾਵੇ ਧੁੱਪ ਹੁੰਦੇ ਨਾ ਸੇਕਣਾ ਤੇ ਬਾਲਣ ਜਿਹੜਾ ਸੀ ਉਹ ਵੀ ਅਸੀਂ ਚੁੱਕਿਆ ਦੇਖੋ ਰੱਖ ਦਿੱਤਾ ਇੱਥੇ ਅੰਦਰ ਹੀ ਹੁਣ ਇਹਨੂੰ ਵੀ ਬਾਹਰ ਫੋਲਦੇ ਆ ਪਹਿਲੇ ਕੱਪੜੇ ਚੁੱਕ ਕੇ ਫੋਲਦੇ ਫਿਰ ਬਾਲਣ ਫੋਲਦੇ ਨਹੀਂ ਸੱਚ ਰੱਖਦੇ ਅੱਜ ਤੇ ਨਾ ਅੱਗ ਵੀ ਬੜੀ ਮੁਸ਼ਕਲ ਨਾਲ ਬਾਲੀ ਹੈ ਤੇ ਦੂਸਰਾ ਨਾ ਥਾਪੇ ਵੀ ਅੱਗੇ ਬਲ ਜਾਂਦੀ ਹੈ ਜੇ ਛੇਤੀ ਅੱਗ ਲਾਈ ਜਾਂਦੀ ਉਹਨਾਂ ਨੂੰ ਵੀ ਨਹੀਂ ਲੱਗੀ ਪੂਰੇ 2 ਘੰਟੇ ਮੈਂ ਖਪਦੀ ਰਹੀ ਅੱਗ ਤੇ ਬੜੀ ਮੁਸ਼ਕਲ ਨਾਲ ਫਿਰ ਵੀ ਅੱਗ ਬਾਲ ਰਹੀ ਹੈ ਬਾਲਣ ਸਾਰੇ ਗਿੱਲਾ ਵਾ ਜੇ ਸੁੱਕਾ ਹੋਵੇ ਨਾ ਫਿਰ ਛੇਤੀ ਬਾਲ ਦਿੰਦਾ ਧੁੱਪ ਵੀ ਅੱਜ ਬਹੁਤ ਤੇਜ਼ ਆ ਅਲਹਮਦੁਲਿਲਾ ਬਾਲਣ ਵੀ ਫੋਲ ਦਿੱਤਾ ਵਾ ਤੇ ਕੱਪੜੇ ਵੀ ਫੋਲ ਦਿੱਤੇ ਆ ਧੁੱਪ ਇੰਨੀ ਤੇਜ਼ ਆ ਇਨਸ਼ਾਅੱਲਾ ਬਹੁਤ ਜਲਦ ਜਿਹੜੇ ਨੇ ਬਾਲਣ ਵੀ ਤੇ ਕੱਪੜੇ ਸੁੱਕ ਜਾਣਗੇ ਅਚਾਨਕ ਨਾ ਸਾਡੇ ਮਹਿਮਾਨ ਆ ਗਏ ਤੇ ਨਾਲੇ ਨਾ ਲੱਕੜਾਂ ਗਿੱਲੀਆਂ ਸੀਗੀਆਂ ਤੇ ਸਾਡੇ ਮਹਿਮਾਨਾਂ ਦੀ ਫਰਮਾਇਸ਼ ਤੇ ਨਾ ਨਾਨ ਉਹਨਾਂ ਕੇ ਮੰਗਵਾ ਕੇ ਦਿਓ ਸਾਨੂੰ ਤੇ ਇਸ ਲਈ ਨਾ ਨਾਨ ਲੈਣ ਚੱਲੇ ਹਾਂ ਲਓ ਜੀ ਬੱਟੀ ਨਾਨ ਸ਼ਾਪ ਤੇ ਮੈਂ ਪਹੁੰਚ ਗਿਆ ਵਾਂ ਨਾਨ ਲੈਣ ਵਾਸਤੇ ਪੰਜ ਨਾਨ ਬਗੈਰ ਪਾਣੀ ਤੋਂ ਦਿਆ ਜੇ ਸਾਦਾ ਬਗੈਰ ਪਾਣੀ ਤੋਂ ਪੰਜ ਨਾਨ ਬਗੈਰ ਪਾਣੀ ਤੋਂ ਸਾਦਾ ਮਿਹਰਬਾਨੀ ਉਮੀਦ ਕਰਦੀ ਮੇਰੇ ਭੈਣ ਭਰਾ ਸਾਡਾ ਅੱਜ ਦਾ ਵਲੋਗ ਪਸੰਦ ਆਇਆ ਅਗਰ ਸਾਡੇ ਚੈਨਲ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਔਰ ਆਪਣੀ ਫੈਮਿਲੀ ਨੂੰ ਸ਼ੇਅਰ ਕਰੋ ਅੱਲਾ ਪਾਕ ਤੁਹਾਨੂੰ ਖੁਸ਼ ਰੱਖੇ ਆਬਾਦ ਰੱਖੇ ਆਪਣਾ ਔਰ ਆਪਣੀ ਫੈਮਿਲੀ ਦਾ ਬਹੁਤ ਜ਼ਿਆਦਾ ਖਿਆਲ ਰੱਖਿਓ ਅੱਲਾ ਹਾਫਿਜ਼